ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵਧੀਆ ਫਾਰਮ ਯੂਟਿਊਬ ਚੈਨਲ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ, ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ, ਪਿੰਡ ਚੱਕ ਮਿਸ਼ਰੀ ਖਾਂ, ਤਹਿਸੀਲ ਅਜਨਾਲਾ, ਅਤੇ ਜ਼ਿਲ੍ਹਾ ਅੰਮ੍ਰਿਤਸਰ, ਡਿਪਟੀ ਵੀਰ ਕੋਲ ਆਪਾਂ ਆਏ ਹਾਂ। ਅਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ ਗਾਵਾਂ ਦਿਖਾਉਣੀਆਂ ਵਾ। ਇੱਕ ਤੋਕੜ ਗੱਭਣ ਤੁਹਾਨੂੰ ਜਰਸੀ ਤੁਹਾਨੂੰ ਦਿਖਾਵਾਂਗੇ, ਅਤੇ ਇੱਕ ਸੂਈ ਜਰਸੀ ਤੁਹਾਨੂੰ ਦਿਖਾਉਣੀ ਆ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ, ਸਤਿ ਸ਼੍ਰੀ ਅਕਾਲ ਜੀ। ਹੋਰ ਸੁਣਾਓ, ਠੀਕ ਠਾਕ ਜੀ? ਵਧੀਆ ਵਧੀਆ ਬਾਈ, ਤੁਸੀਂ ਸੁਣਾਓ? ਚਲੋ ਵਧੀਆ ਚਾਹੀਦਾ ਜੀ। ਅਤੇ ਨਾਮ ਦੱਸ ਦਿਓ ਕਰੀ ਆਪਣਾ। ਨਾਮ ਭਾਜੀ ਡਿਪਟੀ, ਪਿੰਡ ਚੱਕ ਮਿਸ਼ੀ ਖਾਂ, ਤਹਿਸੀਲ ਅਜਨਾਲਾ, ਜ਼ਿਲ੍ਹਾ ਅੰਮ੍ਰਿਤਸਰ। ਅਤੇ ਫੋਨ ਨੰਬਰ ਬੋਲ ਦਿਓ ਕਰੀ। 9781984752। ਠੀਕ ਆ, ਕਿੰਨੀਆਂ ਅੱਜ ਫਿਰ? ਦੋ ਹੀ ਆ ਭਾਜੀ, ਦੋ ਆ, ਇੱਕ ਤੋਕੜ ਗੱਭਣ ਤੇ ਇੱਕ ਸੂਈ। ਤੋਕੜ ਗੱਭਣ ਇੱਕ ਸੂਈ ਜੇ। ਠੀਕ ਆ, ਰਾਤੀ ਆਈਆਂ ਵੈਣਾ। ਠੀਕ ਆ, ਤਰਾ ਤਰਾ ਰਹਿ ਹੋਈ ਰਾਤੀ ਗੱਲ ਸ਼ਾਮੀ ਜੀ। ਹਾਂਜੀ ਹਾਂਜੀ, ਪੱਠੇ ਲੈਣ ਗਏ ਮੁੜ ਕੇ, ਵਿੱਕੀ ਨਾਲ ਤੁਹਾਡੇ ਨਾਲ ਕੀਤੀ ਗੱਲ। ਠੀਕ ਠੀਕ ਆ, ਉਹਦਾ ਸ਼ਾਮੀ ਭਾਜੀ ਗਾਹ ਆ ਗਏ, ਫਿਰ ਦੂਜਾ ਤਿੰਨ ਗਾਂ ਹੋਰ ਪਾਉਣੇ ਡੰਗਰ। ਅੱਛਾ ਅੱਛਾ, ਵੱਖਰੇ ਮੁੜ ਕੇ ਲੈ ਗਏ ਕੱਲ ਸ਼ਾਮੀ। ਅੱਛਾ, ਉਹ ਲੈ ਗਏ। ਹਾਂ, ਅਗਲੀ ਵੀਡੀਓ ਤੇ ਪੈਣੇ ਵੈਸੇ ਡੰਗਰ। ਠੀਕ ਆ, ਅਗਲੀ ਵੀਡੀਓ ਦੱਸ ਦੇ ਲੈ। ਠੀਕ ਆ, ਰਾਤ ਮੈਂ ਚੱਲ ਭਾਜੀ ਨੂੰ ਰੱਖਿਆ, ਰਾਤ ਲਿਆ ਦੇ ਲੱਗ ਗਏ। ਠੀਕ ਆ, ਕਿੰਨੇ ਕਿੰਨਾ ਚਿਰ ਹੋਇਆ ਇਹਨੇ ਸੂਈ ਨਾ? ਅੱਜ ਨੂੰ ਭਾਜੀ ਸੂਈ ਨੂੰ ਮਹੀਨਾ ਹੋ ਗਿਆ ਹੋਊਗਾ। ਅੱਛਾ, ਆਹ ਬੱਚਾ ਇਹਦਾ, ਇਹ ਬੱਚਾ ਇਹਦਾ ਨਾ। ਆ ਦੇਖਿਓ, ਮੈਂ ਮੱਖਾ ਤੋਂ ਮੜਾ ਜਾ, ਇੱਥਾਂ ਉੱਡਦਾ ਜੇ, ਇੱਥਾਂ ਉੱਡਦਾ ਜੇ ਮੱਛੀ ਜੀ। ਠੀਕ ਆ, ਲਾਤੇ ਦੀ ਟੁੱਟੀ ਲੱਗਦਾ ਇੱਕ। ਨਹੀਂ ਭਾਜੀ, ਇਹਦਾ ਨਾ ਇੱਕ ਬੰਨਾ ਇੱਕ, ਮੰਨ ਲਓ। ਅੱਛਾ, ਜਮਾਂਦਰੂ ਜਿਹਾ, ਜਮਾਂਦਰੂ ਜਿਹਾ, ਬਸ ਆ ਹੀ ਨਹੀਂ ਇਹਦਾ ਇੱਕ ਹੈਗਾ ਕਿਸੇ ਹੀ ਤਰ੍ਹਾਂ। ਠੀਕ ਆ, ਠੀਕ ਆ। ਨਿੱਪਲ ਦੇ ਨਾਲ ਹੀ ਪਿਉਂਦੇ ਆ। ਅੱਛਾ, ਇਤਰਾ ਗਾਲ ਥੱਲੇ ਬਹਿਣਾ, ਕੋਈ ਰੱਸੀ ਨਹੀਂ ਪਾਉਣੀ, ਕੋਈ ਪਹਾੜਾ ਨਹੀਂ ਪਾਉਣਾ। ਅੱਛਾ, ਤੇ ਆਪਣੀ ਖੁਸ਼ੀ ਆ। ਠੀਕ ਆ, ਹਾਂਜੀ, ਜੋ ਥੱਲੇ ਪੈ ਕੇ ਢੁੱਡ ਮਾਰਦਾ ਦੇ ਪੈਂਦਾ। ਠੀਕ ਆ, ਉਹ ਨਾ ਬੋਤਲ ਬਾਦਲ ਨਾ, ਮਤਲਬ ਮਹੀਨਾ ਹੋਇਆ, ਬੋਤਲ ਬਾਦਲ ਨਾ ਪਾਉਂਦੇ ਆ। ਠੀਕ ਆ, ਰੱਬ ਦਾ ਜੀ ਆ, ਚੱਲ ਮਾਰਨਾ ਕਿਉਂ ਆ। ਹਾਂਜੀ ਹਾਂਜੀ ਹਾਂਜੀ, ਉਹਨਾਂ ਦੇ ਵਿੱਚ ਹੀ ਡੰਗਰ ਬੜੇ ਸੀ। ਠੀਕ ਆ, ਜਿੰਨਾ ਕੋਲ ਲਿਆਂਦੀ ਗਈ। ਹਾਂਜੀ, ਆਹ ਦੇਖੋ ਵੀਡੀਓ ਵੇਖੀ ਹੈਗੀ, ਉਹਨਾਂ ਦੇ ਡੰਗਰ ਬੜੇ ਸੀ ਤੇ ਉਹ ਬੱਚਿਆਂ ਬੁੱਚਿਆਂ ਦਾ ਘੱਟ ਹੀ ਨਹੀਂ ਮਿਲ ਕਰਦੇ ਆ। ਠੀਕ ਆ, ਹਾਂਜੀ, ਆਹ ਦੇਖੋ ਵੀਡੀਓ ਹੈਗੀ। ਠੀਕ ਆ, ਫਿਰ ਵੀ ਭਾਜੀ ਪਤਾ ਗੱਲ ਆ, ਆਂਦੇ ਵੀ ਉਹ ਤਰ੍ਹਾਂ ਨਹੀਂ ਇੱਕ ਭਾਜੀ ਆਂਦੇ ਬੱਚਾ ਬੁੱਚਾ ਪਾ ਲਿਆ। ਅੱਛਾ, ਕਹਿੰਦੇ ਵੀ ਇਹਨੂੰ ਪਰ ਅਸੀਂ ਪਿਆਉਂਦੇ ਰਹੇ ਆ। ਅੱਛਾ, ਇਹਨੂੰ ਭਾਜੀ 60 ਸੁੱਟ ਲੱਗੀ ਜਰੀਆਂ। ਠੀਕ ਆ, ਤੇ ਇਹਦੇ ਕੋਲ ਦੁੱਧ ਕਿੰਨਾ ਜੀ? ਦੁੱਧ ਭਾਜੀ 11 ਕਿਲੋ ਹੋਊਗਾ ਪੱਕਾ, ਪਰ 10 ਕਿਲੋ ਵਾਲੇ ਦੇਣੀ ਕਿ ਰਾਤ ਦੀ ਡਿੰਗੀ ਜਾਂਦੀ ਵਿੱਚ। ਠੀਕ ਆ, 9.5 ਕਿਲੋ ਹੋ ਜਾਊਗਾ। ਤੋਰੋ ਫਿਰ ਇੱਕ ਕਰੀ ਨਾ, ਬਾਕੀ ਇਹ ਆ ਕਿ ਸੂਈ ਸਵਾਈ ਆ, ਦੁੱਧ ਦੀ ਚਵਾਈ ਤੁਸੀਂ ਆਪਣੀ ਆਪ ਕਰਕੇ ਖੜਨੀ ਆ। ਚੋਣ ਭਾਜੀ ਮੋਟਰ ਹੀ ਲੱਗੀ ਵਿੱਚ, ਕੋਈ ਚੋੜੂਗਾ ਛੱਡ ਕੇ ਨਹੀਂ ਜਾਣਾ। ਠੀਕ ਆ, ਬੜੀ ਭਾਜੀ ਮੋਟੀ ਧਾਰ ਆ। ਠੀਕ ਆ, ਜਿਹੜਾ ਚੋਲੂ ਨਾ ਵੜ ਛੱਡ ਕੇ ਨਹੀਂ ਜਾਂਦਾ, ਜਿਹੜੀ ਗੱਲ ਦੱਸੂ ਉਹ ਗੱਲ ਨਿਕਲੂਗੀ। ਤੇ ਮੁੱਲੇ ਦਾ ਫਿਰ 3000 ਸਾਈ ਪਾ ਦੇ, 4 ਪਾ ਦੇ ਇੱਥੇ ਆ ਕੇ ਚੋਲੇ ਮੇਰੇ ਘਰ। ਅੱਛਾ, ਠੀਕ ਹੈ ਨਾ ਗੱਲ, ਜਿੰਨਾ ਪਾਸ ਹੋਵੇ ਤੇ ਸਾਈ ਵਾਪਸ ਲੈ ਜਾ। ਜਦੋਂ ਸਾਈ ਦਊਂਗਾ ਵਛੀਆਂ ਦੀ। ਅੱਛਾ, ਭੂਰ ਹੋਵੇ ਕੋ ਛੱਟਾ ਹੋਵੇ, ਜਿਹੜੀ ਗੱਲ ਦੱਸੂ ਉਹ, ਜੇ ਥਾਣ ਘਟ ਹੋ ਤਾਂ ਵੀ ਦੱਸੂਗਾ। ਠੀਕ ਆ, ਉਹ ਭਾਜੀ ਘਟ ਉਹਦਾ ਦੱਸਣਾ। ਠੀਕ ਆ, ਤੇ ਇਹਦਾ ਮੁੱਲ ਕਿੰਨਾ ਫਿਰ? ਮੁੱਲ ਭਾਜੀ 28000। 28000 ਆ, ਵਿੱਚੋਂ ਕਰਨੀ ਛੋੜ ਛੜ ਛੋੜ ਛੱਪਾ ਵੀ 1000 ਰੁਪਇਆ ਕਰ ਲਈਏ, ਜਾਰੀ ਨਾ ਕਰੀਏ। ਅੱਛਾ, ਹਾਂਜੀ, 27000 ਦੀ। ਹਾਂਜੀ, ਹੋਰ ਮੌਕੇ ਤੇ ਕਰ ਦੋਗੇ? ਕਰ ਲਓ ਭਾਜੀ, ਤੁਸੀਂ ਕਰਾ ਲਓ ਆਪਣੇ ਕਿਸੇ ਨਾਲ। ਕਿੰਨਾ ਕਰ ਦੋਗੇ? ਕਰ ਲਓਗੇ ਪੂਰੇ 25 ਦੀ ਦੇ ਦਈਏ ਫਿਰ। 24 ਦੀ ਭਾਜੀ ਹਾਂ ਨਾ ਹੀ ਹੋ ਜੂ ਅਸੀਂ। ਅੱਛਾ, 24 ਦੁੱਧ 11 ਸਾਢੇ 11 ਕਿਲੋ, ਪਰ ਆਪਾਂ ਨਾ 10 ਕਿਲੋਾਂ ਜੀ ਦੇਣੀ ਆ। ਠੀਕ ਆ, ਕਿਵੇਂ ਡਿੰਗਾਂ ਡਈ ਜੇ ਰਾਤੀ ਆਈਆਂ ਦੋ? ਹਾਂਜੀ ਹਾਂਜੀ ਹਾਂਜੀ, ਚਲੋ ਤੇ ਹੁਣ ਜਿਹੜੀ ਆ ਗਈ ਆਪਣੇ ਕੋਲ ਆ ਤੋਕੜ ਗੱਭਣ ਜੀ, ਤੋਕੜ ਗੱਭਣ ਆ ਜਿਹੜੀ। ਦੇਖੋ ਭਾਜੀ, ਕਾਫੀ ਪਿਆਰਾ ਜਿਹਾ ਰੰਗ ਆ ਜਿਹੜਾ ਇਹਦਾ ਭਾਜੀ, ਚੰਗੀ ਥਾਣ ਮਈਆਂ ਵਰਗਾ ਵੇਖ ਲਓ। ਥਾਣ ਦਿਖਾ ਦਈਏ ਤੁਹਾਨੂੰ, ਇਹ ਦੇਖੋ ਬਹੁਤਾ ਭਾਜੀ ਮਈਆਂ ਵਰਗਾ।
ਹਾਂ ਦੇਖ ਸਕਦੇ ਥਣ ਦੋਵਾਂ ਗਾਵਾਂ ਦੇ ਚੰਗੇ ਲੱਗੇ, ਉਹਦਾ ਵੀ ਚੰਗਾ ਵਾ ਥਣ ਤੇ ਇਹਦਾ ਵੀ ਥਣ ਚੰਗਾ ਵਾ। ਇਹ ਸੂਆ ਪਹਿਲਾ ਜੀ? ਠੀਕ ਆ। ਪਹਿਲੇ ਸੂਏ ਕਹਿੰਦੇ 16 ਕਿਲੋ ਦੁੱਧ ਦਿੰਦੀ ਰਹੀ ਬੈਠ ਸਾਡੀ। ਅੱਛਾ ਹਾਂ, ਘਰ ਵਾਲਿਆਂ ਦੱਸਣ ਦੇ ਮੁਕਾਬਲੇ ਸਾਂਭੀ ਸੁੰਭੀ ਚੰਗੀ ਆ ਹਨਾ। ਬੜੀ ਭਾਜੀ ਪਹਿਲਾ ਸੂਆ, ਦੂਜੇ ਸੂਏ ਲਈ ਕਾ ਗੱਬਣ ਜੀ। ਠੀਕ ਆ, ਕਿੰਨੇ ਜਦ ਚੈੱਕ ਪਾ ਸਿਆ? 4 ਮਹੀਨੇ ਚੈੱਕ ਕਰਾਵੇ, ਠੰਡਾ ਠੀਕ ਇਹਨੂੰ ਲੱਗ ਗਿਆ ਜੀ। ਅੱਛਾ, ਦੁੱਧ ਕਿੰਨਾ ਜੀ? ਦੁੱਧ ਭਾਜੀ ਕੋ 6 ਕਿਲੋ। ਠੀਕ ਆ ਪੱਕਾ। ਤੇ ਇਹਦਾ ਪਰ ਜਿਹੜਾ ਅਗਲਾ ਥਾਂ ਮਗਰਲਾ ਥਾਂ ਹੈ ਨਾ, ਹਾਂਜੀ, ਉੱਚ ਧਾਰਾਂ ਘੱਟ ਜੇ ਥੋੜੀ, ਬੈਣੀ ਹਲਦਾ ਮਗਰਲਾ ਥਾਂ ਹੈ ਜਿਹੜਾ, ਉੱਚ ਧਾਰਾਂ ਘੱਟ ਜੇ ਵੇਖ ਲਓ, ਲੱਗਦਾ ਨਹੀਂ ਇੱਕੋ ਜੇ ਜੀ। ਠੀਕ ਆ, ਲੱਗਦਾ ਨਹੀਂ ਪਰ ਦੱਸਣ ਦਾ ਆਪਣਾ ਫਰਜ਼ ਬਣਦਾ। ਤੋਰੋ ਫਿਰ ਇੱਕ ਕਰੀ ਭਾਜੀ, ਜਿਹੜਾ ਵੱਛੀ ਲੈ ਜੂ ਨਾ ਇੱਥੋਂ ਵੇਖ, ਹਾਂਜੀ ਵੇਖੇ ਵੀ ਲੈ ਜੀ, ਉਹਨਾਂ ਦੇ ਘਰਦਿਆਂ ਉਹਨੂੰ ਨਾ ਪਸੰਦ ਆਊ ਤੇ ਵੱਛੀ ਇਸ ਤਰ੍ਹਾਂ ਲੱਦ ਲਿਆਵੇ। ਅੱਛਾ, ਇੰਨੀ ਭਾਜੀ ਵੱਛੀ ਸਾਫ਼ ਹੈ ਤੇ ਇੰਨੀ ਭਾਜੀ ਇਹਦੀ ਮਤਲਬ ਗਰੰਟੀ ਪਿੱਛੋਂ ਅੱਜ ਜ਼ਿਆਦੇ ਨਹੀਂ ਗਰੰਟੀ ਦੇਈ ਜਾਂਦੀ ਭਾਜੀ, ਇਹਦੀ ਗਰੰਟੀ ਜਾਣੀ ਇਸ ਤਰ੍ਹਾਂ ਕਿ ਵੀ ਥਾਣ ਵੀ ਤਾਂ ਹੀ ਆਪਾਂ ਦੱਸਿਆ। ਠੀਕ ਆ, ਥਾਣਾ ਦੱਸੀ ਮੁੜ ਕੇ ਜਾ ਕੇ ਕੋਈ ਲੱਦ ਲਿਆਵੇ। ਚਲੋ ਫਿਰ ਆਪਾਂ ਦੱਸਿਆ ਭਾੜਾ ਪਾ ਕੇ ਤੇ ਰੱਸੀ ਪਾ ਕੇ ਝੋਲੀ ਦੀ। ਤੋਰੋ ਹਾਂ ਫਿਰ ਇੱਕ ਕਰੀ ਨਾ, ਇਹ ਭਾਜੀ ਜਾਣੀ ਗਰੰਟੀ ਦੇ ਬੈਠਦੇ। ਠੀਕ ਆ, 100% ਗਰੰਟੀ। ਦੁੱਧ ਕਿੰਨਾ ਪੱਕਾ ਇਹਦੇ ਕੋਲ? ਦੁੱਧ ਭਾਜੀ ਤੁਸੀਂ 6 ਕਿਲੋ ਜਾਓ, ਮਾਸਾ ਵੱਧ ਹੀ ਹੋ ਜਾਵੇ ਚੋਣੇ। ਠੀਕ ਆ, ਬਾਕੀ ਫਿਰ ਲੋਏ ਆਣਾ ਤਾਂ ਮਹਿੰਗੀ ਆ, ਫਿਰ ਵੀ ਕੋਈ ਵੀਰ ਆਪਣੀ ਤਸੱਲੀ ਕਰਕੇ ਖੜੇ ਪੱਥਰ ਅੜ ਗਈ ਜਦੇ। ਠੀਕ ਆ, ਮਹੀਆਂ ਵਰਗਾ ਸਾਂਝ। ਬਾਕੀ ਚਿਹਰਾ ਕਾਫੀ ਪਿਆਰਾ ਹੈ ਇਹਦਾ, ਸੋਹਣੇ ਰੰਗ ਰੂਪ ਦੀ ਹੈ ਸ਼ਾਇਦ ਭਾਈ ਆ ਗਈ ਹੈ ਨਾ। ਇੱਕ ਵਾਰੀ ਚਿਹਰਾ ਕਰਿਆ ਵੀਰ ਜੀ, ਇੱਧਰ ਨੂੰ ਇਹਦਾ ਮੂੰਹ ਦਿਖਾ ਦਈਏ ਚੰਗੀ ਤਰ੍ਹਾਂ, ਥੋੜਾ ਡਰਦੀ ਆ। ਆਏ ਗੁਲਾਬੀ ਨਾ ਸਾਂਭ ਜੀ। ਠੀਕ ਹੈ, ਮੂੰਹ ਜੋ ਭਾਜੀ ਪਤਾ ਨਹੀਂ ਕਿੱਦਾਂ ਦੇ। ਚਲੋ ਕੋਈ ਨਹੀਂ, ਰਹਿਣ ਦਾ, ਹਾਂਜੀ ਡਰਦੀ ਥੋੜਾ ਜਿਹਾ ਤੇ ਇਹਦਾ ਮੁੱਲ ਫਿਰ ਮੁੱਲ ਭਾਜੀ ਮੇਰਾ ਤਾਂ ਸੇਮ ਹੀ ਕਰਨੀ ਜੀ। ਨਹੀਂ ਸੇਮ ਨਾ ਕਰੀਏ, ਫਰਕ ਰੱਖੀਏ ਥੋੜਾ ਜਿਹਾ। ਦੇਖੀ 26,000 ਦੀ? ਨਹੀਂ, 26 ਤੋਂ ਅੰਦਰ ਕਰੀਏ, ਕਿੰਨੇ ਲਈਏ? 24 ਦੀ ਦਿੱਤੀ ਫਿਰ, ਉਹ ਤੇ ਫਿਰ ਬਰਾਬਰ ਹੀ ਕਰਦੇ ਤੁਸੀਂ ਤਾਂ, ਬਰਾਬਰ ਹੀ ਹੋ ਗਈ। ਚਲੋ 1,000 ਦਾ ਹੋਰ ਛੱਡ ਦਾਂਗੇ। ਅੱਛਾ, ਹਾਂਜੀ ਜੀ ਭਾਈ, 60,000 ਦੀ ਬੱਚੀ ਆ। ਠੀਕ ਆ, ਉਹਦੀ ਨਹੀਂ ਆ। ਚਲੋ ਬਾਕੀ ਖੂਨ ਲਾਵੇ ਮਾਤਰ ਮੁਕਰ। ਥਾਣੇ ਵੇਖ ਲੈ ਭਾਵੇਂ। ਠੀਕ ਆ, ਇਸ ਤਰ੍ਹਾਂ ਕੋਈ ਲੱਦ ਕੇ ਲੈ ਜੇ, ਘਰ ਦੇ ਨੂੰ ਨਾ ਪਸੰਦ ਆਵੇ ਤੇ ਉਸੇ ਗੱਡੀ ਤੇ ਵਾਪਸ ਆ ਜਾ, ਉਸੇ ਲਈ ਪੈਸੇ ਦੇ ਦੂੰਗਾ। ਠੀਕ ਆ, ਹਾਂਜੀ ਬਹੁਤ ਬਹੁਤ ਧੰਨਵਾਦ ਜੀ। ਬਾਕੀ ਕੋਈ ਵੀਰ ਇੱਥੇ ਆ ਗਿਆ ਆਪਣੀ ਤਸੱਲੀ ਕਰੇ, ਆਪਣੀ ਸਮਝਣਾ ਵੇਸ ਚਾਹ ਕੇ ਤੇ ਆਪਣੀ ਜ਼ਿੰਮੇਦਾਰੀ 'ਤੇ ਖੜੇ ਜੀ। ਹਾਂਜੀ ਦੋਸਤੋ, ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ।